ਸਾਰੇ ਉਮੀਦ ਕਿ ਤੁਸੀਂ ਠੀਕ ਹੋ ਗਏ, ਲਗਭਗ ਖੁਸ਼ ਰੱਖੇ ਅਤੇ ਮਾਸ਼ਾਅੱਲਾ ਬਾਦ ਲਗੀ। ਅੱਜ ਲਾਹੌਰ 'ਚ ਇੰਨੀ ਕੁ ਤੇਜ਼ ਬਾਰਿਸ਼ ਹੋਈ ਹੈ ਕਿ ਸਭ ਦੇ ਸ਼ਿਕਵੇ ਗਿਲੇ ਖਤਮ ਹੋ ਗਏ ਆ, ਅਤੇ ਮਾਸ਼ਾਅੱਲਾ ਬਾਹਰ ਛੱਪੜ ਲੱਗੇ ਆ ਕਿ ਤੁਰਨ ਵਾਸਤੇ ਜਗ੍ਹਾ ਵੀ ਨਹੀਂ ਹੈ, ਸੜਕਾਂ ਪੜੀਆਂ, ਗਲੀਆਂ ਪੜੀਆਂ, ਗੱਟਰਾਂ 'ਚੋਂ ਪਾਣੀ ਨਿਕਲ ਮਿਲ ਕੇ ਲੋਕਾਂ ਦੇ ਘਰਾਂ 'ਚ ਗਿਆ। ਅਤੇ ਮੈਂ ਤੁਹਾਨੂੰ ਬਾਹਰ ਦਾ ਨਜ਼ਾਰਾ ਵਿਖਾਵਾਂਗੀ ਕਿ ਬਾਹਰ ਦੇ ਹਾਲਾਤ ਕਿਹੋ ਜਿਹੇ ਜਦੋਂ ਇੰਨੀ ਤੇਜ਼ ਬਾਰਿਸ਼ ਹੋ ਗਈ। ਜੋ ਐਨ ਤੱਕ ਵੇਖਣਾ ਕਿ ਤੁਹਾਨੂੰ ਮੈਂ ਬਾਹਰ ਦੇ ਨਜ਼ਾਰੇ ਵਿਖਾਵਾਂਗੀ ਕਿ ਜੇ ਜ਼ਿਆਦਾ ਬਾਰਿਸ਼ ਹੁੰਦੀ ਤਾਂ ਕੀ ਹਾਲ ਹੁੰਦਾ। ਲੱਗਿਆ ਇਹ ਬਾਰਿਸ਼ ਦਾ ਛੱਪੜ ਇੱਧਰ ਗਲੀਆਂ, ਇਹ ਐ ਵੇਖੋ ਇਹ ਸੜਕਾਂ ਦੇ ਹਾਲ ਹੀ ਹੈ। ਧਿਆਨ ਨਾ ਇੱਥੇ ਤਾਂ ਕੁਛ ਨਹੀਂ ਹੋਵੇ, ਹੁਣ ਅਸੀਂ ਲੰਘੀਏ ਕਿੱਧਰ ਸਾਨੂੰ। ਇਹ ਵੀ ਇਹ ਜਿਹੜਾ ਪਾਣੀ ਜਾਣ ਦਿਆ ਕਿੰਨੀ ਸਪੀਡਾਂ ਨਾਲ ਜਾ ਰਿਹਾ, ਇਹਦੇ ਕੋਈ ਟੋਆ ਨਾ ਹੋਵੇ। ਇਹ ਵੀ ਇੱਧਰ ਆਉਣਾ ਉਹ ਇਲਾ ਚੱਲ ਦੇਖੋ ਇਹ ਨਾਲੇ ਦਾ ਹਾਰ ਅਸੀਂ ਸੁਬਹਾ ਸੁਬਹਾ ਘਰੋਂ ਬਾਹਰ ਨਿਕਲ ਆਏ ਹਾਂ ਅਤੇ ਸੜਕਾਂ ਦਾ ਤੁਹਾਨੂੰ ਮਾਹੌਲ ਵਿਖਾਇਆ ਕਿ ਕਿੰਨੀ ਬਾਰਿਸ਼ ਦੀ ਵਜ੍ਹਾ ਤੋਂ ਸੜਕਾਂ ਬਲੌਕ ਹੋ ਗਈਆਂ ਪਾਣੀ ਦੇ ਨਾਲ, ਅਤੇ ਗਟਰ ਭਰ ਕੇ ਬਾਹਰ ਆ ਗਿਆ ਅਤੇ ਲੋਕ ਤਾਂ ਮੋਟਰਸਾਈਕਲ ਘੁੰਮਾਈ ਜਾ ਰਿਹਾ। ਅਤੇ ਤੁਹਾਨੂੰ ਮੈਂ ਸੜਕ ਦਾ ਹਾਲ ਵਿਖਾਵਾਂ, ਸੜਕ ਦਾ ਹਾਲ ਵੀ ਹੋ ਗਿਆ। ਇਹ ਵੀ ਛੱਪੜ ਪਾਣੀ ਬਣ ਬਣ ਆ ਰਹੇ ਆ। ਅੱਜ ਤਾਂ ਸਾਡਾ ਰਕਸ਼ੇ ਵਾਲਾ ਸਾਨੂੰ ਲੈਣ ਨਹੀਂ ਆਇਆ, ਸਾਨੂੰ ਅੱਜ ਪੈਦਲ ਜਾਣਾ ਪੈ ਰਿਹਾ। ਉਹਨੂੰ ਫੋਨ ਕੀਤਾ ਜੀ, ਉਹ ਕਹਿ ਰਿਹਾ ਕਿ ਬਾਜੀ ਰਕਸ਼ੇ 'ਚ ਪੈ ਗਿਆ ਪਾਣੀ ਬਾਰਿਸ਼ ਦੀ ਵਜ੍ਹਾ ਤੋਂ, ਅਤੇ ਤੁਸੀਂ ਅੱਜ ਆਪੇ ਹੀ ਚੱਲ ਰਹੇ। ਹੁਣ ਅਸੀਂ ਜਾ ਰਹੇ ਹਾਂ ਪੈਦਲ ਅਤੇ ਸਾਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਧੇ ਦੇ ਪੈਰ ਸਾਡੇ ਵੀ ਗਿੱਲੇ ਹੋ ਗਏ ਆ, ਯਾਨੀ ਕਿ ਸਾਡੇ ਕੱਪੜੇ ਤੋਂ ਮੈਂ ਤੁਹਾਨੂੰ ਉਹ ਸਹੀ ਛੱਪੜ ਬਣੇ ਪਏ ਲੋਕਾਂ ਦੇ ਘਰ, ਅੱਧਾ ਹੀ ਪਾਣੀ ਜਾ ਰਿਹਾ ਆ। ਮੈਂ ਤਾਂ ਕਹਿੰਦੀ ਅੱਜ ਦੇ ਦਿਨ 'ਚ ਬੰਦਾ ਕਸ਼ਤੀ ਕੱਢ ਲਵੇ ਅਤੇ ਲੈ ਕੇ ਉਹ ਜਾ। ਜਦੋਂ ਗਰਮੀ ਹੁੰਦੀ ਹੈ ਨਾ ਅਸੀਂ ਪਾਣੀ ਨੂੰ ਤਰਸਦੇ ਹਾਂ, ਅਤੇ ਹੁਣ ਬਾਰਿਸ਼ ਹੋਈ ਹੈ ਤਾਂ ਅਸੀਂ ਕਹਿੰਦੇ ਨੰਗੀਏ ਕਿੱਧਰ, ਰਾਸਤਾ ਨਹੀਂ ਲੰਘਦਾ ਪਿਆ। ਇਹ ਛੱਪੜਾਂ ਦੀ ਛੱਪੜ ਇਹ ਉਹ ਗਈ ਹੋਈ ਜਾਏ, ਕਿੰਨਾ ਕਿੰਨਾ ਪਾਣੀ ਅੱਗੋਂ ਜ਼ਿਆਦਾ ਆ ਗਈ ਇੱਧਰਲੇ ਪਾਸੇ, ਉਹ ਇੱਧਰਲੇ ਪਾਸੇ ਆਈ ਆ। ਨਾ